5 ਮਹੀਨਿਆਂ ਤੋਂ ਬੜੀ ਪ੍ਰੋਬਲਮ ਸੀਗੀ ਮੈਨੂੰ ਪਿੱਤੇ ਦੀ, ਪਥਰੀ ਸੀ, ਜਾਂ ਯੂਟਿਊਬ ਤੇ ਵੀ ਦੇਖਿਆ ਸੀਗਾ ਜੀ ਇਹਨਾਂ ਦੀ ਐਡ ਦੇਖੀ ਸੀ ਤੇ ਜਲੰਧਰ ਸਟਾਰ ਹੋਸਪਿਟਲ ਜਿਹੜਾ ਜੀ, ਤੇ ਮੈਂ ਇੱਥੇ ਆਇਆ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਮਿਲਿਆ ਤੇ ਬਹੁਤ ਵਧੀਆ ਇਹਨਾਂ ਨੇ ਟ੍ਰੀਟ ਕੀਤਾ ਜੀ ਮੈਨੂੰ, ਜਿੱਦਾਂ ਸਾਰਾ ਗਾਈਡੈਂਸ ਕੀਤੀ ਜੀ, ਸਾਰਾ ਕੁਛ ਦੇਤਾ ਸੀ ਸਰਜਰੀਅਨ ਦਾ ਜੀ। ਇੱਥੇ ਆ ਕੇ ਮੈਂ ਲਾਸਟ ਥਰਸਡੇ ਆਪਰੇਸ਼ਨ ਕਰਾਇਆ ਜੀ ਤੇ ਬਹੁਤ ਹੀ ਵਧੀਆ, ਜਿੱਦਾਂ ਕੱਲ੍ਹ ਮੈਨੂੰ ਪਤਾ ਵੀ ਨਹੀਂ ਲੱਗਿਆ ਆਪਰੇਸ਼ਨ ਦਾ ਜੀ, ਦੂਸਰੇ ਦਿਨ ਇਹਨਾਂ ਨੇ ਡਿਸਚਾਰਜ ਕਰ ਦਿੱਤਾ ਜੀ। ਤੇ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਤਿੰਦਰ ਸਿੰਘ ਹੈ ਜੀ, ਮੈਂ ਪਿੰਡ ਬਹਿਲੂਰ ਕੋਲਾਂ ਨਮਾ ਸ਼ਹਿਰ ਤੋਂ ਬਿਲੋਂਗ ਕਰਦਾ ਜੀ। ਤੇ ਮੈਂ ਪਿਛਲੇ 4-5 ਮਹੀਨਿਆਂ ਤੋਂ ਬੜੀ ਪ੍ਰੋਬਲਮ ਸੀਗੀ ਮੈਨੂੰ, ਪਿੱਤੇ ਦੀ ਪਥਰੀ ਸੀਗੀ ਜੀ ਮੇਰੇ, ਤੇ ਫਿਰ ਮੈਂ ਉੱਥੋਂ ਵੀ ਮੈਡੀਸਨ ਖਾਧੀ, ਫਿਰ ਥੋੜ੍ਹਾ ਆਰਾਮ ਮਿਲ ਗਿਆ ਜੀ ਮੈਨੂੰ। ਤੇ ਫਿਰ ਮੈਂ ਫੇਸਬੁੱਕ ਤੇ ਜਾਂ ਯੂਟਿਊਬ ਤੇ ਵੀ ਦੇਖਿਆ ਸੀਗਾ ਜੀ ਇਹਨਾਂ ਦੀ ਐਡ ਦੇਖੀ ਸੀ ਤੇ ਜਲੰਧਰ ਸਟਾਰ ਹੋਸਪਿਟਲ ਜਿਹੜਾ ਜੀ, ਤੇ ਮੈਂ ਇੱਥੇ ਆਇਆ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਮਿਲਿਆ ਤੇ ਬਹੁਤ ਵਧੀਆ ਇਹਨਾਂ ਨੇ ਟ੍ਰੀਟ ਕੀਤਾ ਜੀ ਮੈਨੂੰ, ਜਿੱਦਾਂ ਸਾਰਾ ਗਾਈਡੈਂਸ ਕੀਤੀ ਜੀ ਸਾਰਾ ਕੁਛ। ਤੇ ਫਿਰ ਇਹਨਾਂ ਨੇ ਮੈਨੂੰ 2 ਦਿਨ ਬਾਅਦ ਤੇ ਟਾਈਮ ਦੇ ਦਿੱਤਾ ਸੀ ਸਰਜਰੀਅਨ ਦਾ ਜੀ। ਇੱਥੇ ਆ ਕੇ ਮੈਂ ਲਾਸਟ ਥਰਸਡੇ ਆਪਰੇਸ਼ਨ ਕਰਾਇਆ ਜੀ ਤੇ ਬਹੁਤ ਹੀ ਵਧੀਆ, ਜਿੱਦਾਂ ਕੱਲ੍ਹ ਮੈਨੂੰ ਪਤਾ ਵੀ ਨਹੀਂ ਲੱਗਿਆ ਆਪਰੇਸ਼ਨ ਦਾ ਜੀ, ਦੂਸਰੇ ਦਿਨ ਇਹਨਾਂ ਨੇ ਡਿਸਚਾਰਜ ਕਰ ਦਿੱਤਾ ਜੀ। ਤੇ ਪੇਨ ਵਗੈਰਾ ਹਲਕੀ ਹਲਕੀ ਜੀ ਹੋਈ ਹੈ ਜੀ, ਛੋਟੇ ਛੋਟੇ ਕੱਟ ਲਾਏ ਇਹਨਾਂ ਨੇ ਤੇ ਬਹੁਤ ਵਧੀਆ, ਜਿੱਦਾਂ ਕੱਲ੍ਹ ਦੂਸਰੇ ਦਿਨ ਹੁਣ 1 ਹਫ਼ਤਾ ਹੋ ਗਿਆ ਜੀ ਮੈਨੂੰ ਆਪਰੇਸ਼ਨ ਕਰਾਏ ਨੂੰ, ਕੋਈ ਪ੍ਰੋਬਲਮ ਨਹੀਂ ਹੈਗੀ ਜੀ, ਮੈਂ ਆਪਣਾ ਡਰਾਈਵ ਵੀ ਆਪ ਕਰਕੇ ਆ ਰਿਹਾ ਤੇ ਠੀਕ ਹੈ ਜੀ। ਇੱਥੇ ਦਾ ਸਟਾਫ ਵੀ ਬਹੁਤ ਵਧੀਆ ਆ, ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੈਂ ਤਾਂ ਇਹ ਸੁਜੈਸਟ ਕਰੂੰਗਾ ਇੱਥੇ ਆਓ, ਡਾਕਟਰ ਸਾਹਿਬ ਨੂੰ ਮਿਲੋ, ਡਾਕਟਰ ਜਸਮੀਤ ਸਿੰਘ ਆਲੂ ਆਰੀਆ ਨੂੰ, ਤੇ ਬਹੁਤ ਹੀ ਵਧੀਆ ਆਪਰੇਸ਼ਨ ਕਰਦੇ। ਥੈਂਕ ਯੂ ਜੀ।